किसान वीरों ते भैनों जय हिंद लैके हाजिर हाँ तुहाडा अपना प्रोग्राम मेरा पिंड मेरे खे। जिवें तुसीं जानते ही हो कि असी वख-वख दिनां च वख-वख मारां नाल वख-वख विशिआं ते गलबात करदे ही रहिंदे हां। ते अज असी सद्दा दित्ता होया डॉक्टर वरियाम सिंह जिहड़े कि साडे कोल ने, इह डिप्टी डायरैक्टर ने डेयरी विकास बोर्ड पंजाब च, ते फगवाड़े अपनियां सेवावां निभा रहे ने। डॉक्टर साहब बहुत बहुत स्वागत है जी तुहाडा। धन्यवाद जी। जी डॉक्टर साहब तुसी माहर हो साडे जिहड़े डेयरी दा किता करदे ने, साडे पशु पालक ने, उहनां दे किते दे। बिल्कुल है जी। ਤੁਹਾਡੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ, ਪਰ ਮੈਂ ਨਾ ਤੁਹਾਡੇ ਆਉਣ ਤੋਂ ਪਹਿਲਾਂ ਸੋਚਦਾ ਪਿਆ ਹਾਂ ਕਿ ਤੁਹਾਡੇ ਨਾਲ ਇੱਕ ਗੱਲ ਹੋਰ ਕਰਨੀ ਆ। ਡਾਕਟਰ ਸਾਹਿਬ ਇਹ ਜਿਹੜੇ ਪਸ਼ੂਆਂ ਨੂੰ ਅਸੀਂ ਛੱਡ ਦਿੰਦੇ ਹਾਂ, ਜਿਨ੍ਹਾਂ ਨੂੰ ਆਮ ਤੌਰ 'ਤੇ ਅਸੀਂ ਅਵਾਰਾ ਪਸ਼ੂ ਕਹਿ ਦਿੰਦੇ ਹਾਂ, ਬਿਲਕੁਲ ਬਿਲਕੁਲ ਹੈ ਨਾ, ਇਹ ਬਹੁਤ ਨੁਕਸਾਨ ਕਰਦੇ, ਬਹੁਤ ਨੁਕਸਾਨ ਕਰਦੇ ਜੀ। ਐਕਸੀਡੈਂਟ ਬਹੁਤ ਕਰਦੇ ਰੋਡ ਦੇ ਉੱਤੇ। ਆ ਇਹਦੇ ਨਾਲ ਸਾਡਾ ਨੁਕਸਾਨ ਹੁੰਦਾ, ਜਾਨੀ ਨੁਕਸਾਨ ਹੁੰਦਾ, ਮਾਲੀ ਨੁਕਸਾਨ ਹੁੰਦਾ, ਫਸਲਾਂ ਦਾ ਨੁਕਸਾਨ ਹੁੰਦਾ, ਫਸਲਾਂ ਦਾ ਨੁਕਸਾਨ ਹੁੰਦਾ। ਡਾਕਟਰ ਸਾਹਿਬ ਕੀ ਇਹ ਕੋਈ ਆਪਣਾ ਇਹਨਾਂ ਕੋਲ ਕੋਈ ਗਿਆਨ ਦੀ ਕਮੀ ਹੁੰਦੀ ਆ ਆਪਣੇ ਜ਼ਿਮੀਂਦਾਰ ਵੀਰਾਂ ਕੋਲ, ਪਸ਼ੂ ਪਾਲਕਾਂ ਕੋਲ, ਜਿਹੜਾ ਇਹਨਾਂ ਨੂੰ ਛੱਡ ਦਿੰਦੇ ਆ? ਜਿਹੜੀਆਂ ਇਹ ਗਾਵਾਂ ਨੇ, ਵਲੈਤੀ ਗਾਵਾਂ, ਉਹਨਾਂ 'ਚ ਸਮੱਸਿਆ ਆ ਰਹੀ ਆ। ਜੀ ਜੀ। ਇਹ ਹਾਈ ਜੀਲਡ ਐਨੀਮਲ ਨੇ। ਹਾਂ। ਜ਼ਿਆਦਾ ਦੁੱਧ ਦੇਣ ਵਾਲੀ ਇਹਨਾਂ ਦੇ ਵਿੱਚ ਅੰਦਰ ਗੁਣ ਨੇ। ਜੀ। ਅਤੇ ਜਿਹੜੇ ਤਾਂ ਕਿਸਾਨ ਵੀਰ ਉਹਨਾਂ ਨੂੰ ਪਤਾ ਜਾਂ ਟ੍ਰੇਨਿੰਗ ਲਈ ਆ, ਉਹਨਾਂ ਦੇ ਉੱਤੇ ਕੋਈ ਗਾਂ ਜਿਹੜੀ ਰਿਪੀਟਰ ਨਹੀਂ ਹੁੰਦੀ। ਪਰ ਜਿਹਨਾਂ ਨੂੰ ਜਾਣਕਾਰੀ ਨਹੀਂ ਆ, ਕਿਉਂਕਿ ਉਹਨੇ ਆਪਣੇ ਨਿਯਮਾਂ ਅਨੁਸਾਰ ਕੁਦਰਤ ਦੇ ਅਨੁਸਾਰ ਦੁੱਧ ਦੇਣਾ, ਜੇ ਆਪਾਂ ਉਹਨੂੰ ਅੱਜ ਘੱਟ ਵੀ ਕੁਛ ਪਾਇਆ, ਦੁੱਧ ਤਾਂ ਘੱਟ ਸਕਦਾ, ਜੇ 20 ਲੀਟਰ ਦਿੰਦੀ ਹੈ ਤਾਂ 7 ਲੀਟਰ ਤਾਂ ਆਜੂਗਾ, ਪਰ ਮਿੱਠਾ ਸਿੰਘ ਜੀ ਜਿਹੜਾ ਦੁੱਧ ਦੇਣਾ ਉਹ ਪੂਰੇ ਮਿਆਰਾਂ ਅਨੁਸਾਰ ਹੀ ਦੇਣਾ, ਮਤਲਬ ਗੁਣਵੱਤਾ ਨਹੀਂ ਘੱਟ, ਗੁਣਵੱਤਾ ਨਹੀਂ ਘੱਟ ਸਕਦੀ, ਇਹ ਕੁਦਰਤ ਦਾ ਨਿਯਮ ਆ। ਫਿਰ ਜਦੋਂ ਆਪਾਂ ਬਾਹਰੋਂ ਪਾਇਆ ਕੁਛ ਨਹੀਂ ਅਤੇ ਉਹ ਦੁੱਧ ਪੂਰਾ ਆ ਰਿਹਾ ਮਿਆਰਾਂ ਅਨੁਸਾਰ, ਫਿਰ ਉਹ ਆਪਣਾ ਸਰੀਰ ਖੋਰ ਖੋਰ ਦਿੰਦੀ ਆ। ਜਦੋਂ ਉਹ ਸਰੀਰ ਖੋਰੇਗੀ ਲੰਮੇ ਸਮੇਂ 'ਤੇ ਅਤੇ ਫਿਰ ਉਹਦੇ ਵਿੱਚ ਅੰਦਰ ਕਮੀ ਆ ਜਾਣੀ ਆ, ਜਦੋਂ ਕਮੀ ਆ ਗਈ ਤੇ ਗਾਂ ਉਹਨੇ ਕਨਸੀਵ ਕਰ ਨਹੀਂ ਪਾਉਣਾ, ਨਵੇਂ ਦੁੱਧ ਨਹੀਂ ਹੋਣਾ, ਠਹਿਰ ਨਹੀਂ ਨਹੀਂ ਕਿਸਾਨ ਫਿਰ ਜ਼ੋਰ ਲਾਉਂਦਾ, ਡਾਕਟਰੀ ਖਰਚਾ ਕਰਦਾ, ਪੈਸੇ ਲਾਉਂਦਾ, ਉਹ 5-7 ਟਰਾਈਆਂ ਮਾਰ ਕੇ ਮੁੜ ਕੇ ਕਹਿੰਦਾ ਇਹ ਨਹੀਂ ਰਹਿਣੀ, ਇਹਨੂੰ ਛੱਡ ਦੇ, ਮੇਰੇ ਕੰਮ ਦੀ ਨਹੀਂ, ਮੇਰੇ ਕੰਮ ਦੀ ਨਹੀਂ। ਪਰ ਗੱਲ ਤਾਂ ਇਹ ਆ ਜੀ, ਇਹਦੇ ਵਿੱਚ ਨਾ ਹੋਰ ਬਹੁਤ ਸਾਰੇ ਨਿਯਮ ਆ। ਬਿਲਕੁਲ ਹੈ ਨਾ, ਬਈ ਅਸੀਂ ਜਿਹੜਾ ਆਪਣਾ ਸਾਡਾ ਪਸ਼ੂ ਇੱਦਾਂ ਦਾ ਹੋ ਗਿਆ, ਉਹਨੂੰ ਅਵਾਰਾ ਛੱਡਣ ਦੀ ਬਜਾਏ ਹੈ ਨਾ ਕਿਸੇ ਗਊਸ਼ਾਲਾ 'ਚ ਛੱਡ ਕੇ। ਬਿਲਕੁਲ ਬਿਲਕੁਲ। ਤਾਂ ਕਿ ਦੇਖੋ ਤੁਸੀਂ ਅਕਸਰ ਅਸੀਂ ਅਖਬਾਰਾਂ 'ਚ ਪੜ੍ਹਦੇ ਹਾਂ, ਖਬਰਾਂ ਸੁਣਦੇ ਹਾਂ, ਵੇਖਦੇ ਹਾਂ ਕਿ ਇਹਨਾਂ ਦੇ ਨਾਲ ਕਿੰਨਾ ਜਾਨੀ ਨੁਕਸਾਨ, ਜਾਨੀ ਨੁਕਸਾਨ ਹੈ ਨਾ, ਲੋਕ ਲੱਤਾਂ ਬਾਹਾਂ ਤੁੜਾ ਲੈਂਦੇ ਆ, ਫਿਰ ਇਹ ਸਾਡੀਆਂ ਫਸਲਾਂ ਦਾ ਨੁਕਸਾਨ ਕਰਦੇ ਆ, ਔਰ ਸਭ ਤੋਂ ਵੱਡੀ ਗੱਲ ਇਹ ਲੜਾਈ ਦਾ ਕਾਰਨ, ਆਪਸੀ ਸਾਡੇ 'ਚ ਦੁਸ਼ਮਣੀ ਪੈਦਾ ਹੁੰਦੀ। ਬਿਲਕੁਲ ਬਿਲਕੁਲ ਹੈ ਨਾ, ਸਾਡੀ ਫਸਲ ਦਾ ਨੁਕਸਾਨ ਹੋ ਗਿਆ ਅਸੀਂ ਉਹਦੇ ਕੋਲ ਜਾ ਕੇ ਲੜਾਂਗੇ, ਉਹਦੀ ਫਸਲ ਦਾ ਨੁਕਸਾਨ ਹੋ ਗਿਆ ਉਹ ਸਾਡੇ ਕੋਲ ਆ ਕੇ ਲੜੇਗਾ, ਇੱਕ ਖੇਤ 'ਚੋਂ ਕੱਢਦੇ ਦੂਜੇ 'ਚ ਜਾ ਵੜਦੇ। ਆ ਇਹਨਾਂ ਦੇਖੋ ਜੀ, ਇਹਨਾਂ ਨੂੰ ਰਸਤਾ ਥੋੜ੍ਹਾ ਪਤਾ। ਮਿੱਠਾ ਸਿੰਘ ਜੀ, ਇਹਦੇ ਬਾਰੇ ਪ੍ਰਾਈਵੇਟ ਸੰਸਥਾਵਾਂ ਨੇ ਵੀ ਗਊਸ਼ਾਲਾ ਬਹੁਤ ਖੋਲ੍ਹ ਰੱਖੀਆਂ। ਜੀ ਜੀ ਜੀ। ਅਤੇ ਉਹਨਾਂ ਦੇ ਵਿੱਚ ਇਹਨਾਂ ਦਾ ਬਕਾਇਦਾ ਰੱਖ ਰਖਾਅ ਕਰੀ ਜਾਂਦੇ, ਪਰ ਪਿੱਛੋਂ ਹੋਰ ਲੋਕ ਛੱਡੀ ਜਾ ਰਹੇ ਆ ਜਿਹਦੇ ਨਾਲ ਫਸਲਾਂ ਦਾ ਨੁਕਸਾਨ ਹੋ ਰਿਹਾ, ਔਰ ਇਸ ਨੁਕਸਾਨ ਤੋਂ ਬਚਣਾ ਚਾਹੀਦਾ ਸਾਨੂੰ। ਜਿਹੜਾ ਅਸੀਂ ਅੱਜ ਕਿਸਾਨ ਵੀਰੋ ਵਿਸ਼ੇ 'ਤੇ ਗੱਲਬਾਤ ਕਰ ਰਹੇ ਹਾਂ, ਉਸ ਵਿਸ਼ੇ ਦੇ ਵਿੱਚ ਹੈ ਕਿ ਪਸ਼ੂ ਪਾਲਕਾਂ ਲਈ ਡੇਅਰੀ ਦੀ ਸਿਖਲਾਈ। ਅਤੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਇਹ ਜਿਹੜੇ ਅਵਾਰਾ ਪਸ਼ੂ ਵੀ ਛੱਡਦੇ ਆ, ਇਹ ਵੀ ਕਿਤੇ ਨਾ ਕਿਤੇ ਸਿਖਲਾਈ ਦੀ ਘਾਟ ਹੁੰਦੀ ਆ। ਡਾਕਟਰ ਸਾਹਿਬ ਇੱਕ ਗੱਲ ਆਪਣੇ ਵਿਸ਼ੇ ਦੇ ਬਾਰੇ ਸਭ ਤੋਂ ਪਹਿਲੀ ਜਿਹੜੀ ਮੈਂ ਕਰਨੀ ਚਾਹੁੰਦਾ ਤੁਹਾਡੇ ਨਾਲ, ਉਹ ਇਹ ਆ ਬਈ ਡੇਅਰੀ ਦਾ ਧੰਦਾ ਪਸ਼ੂ ਪਾਲਣਾ ਇਹ ਸਾਡੇ ਲਈ ਕੋਈ ਨਵਾਂ ਤਾਂ ਹੈ, ਪੁਰਾਣਾ ਜੱਦੀ ਪੁਸ਼ਤੀ ਵੱਡੇ ਵਡੇਰੇ ਵੀ ਕਰਦੇ ਸੀ, ਹੈ ਨਾ, ਸ਼ੁਰੂ ਤੋਂ ਕਰਦੇ ਆਏ। ਕਰਨਾ ਕੀ ਆ, ਪੱਠੇ ਵੱਢ ਕੇ ਲਿਆਉਣੇ ਆ, ਟੋਕਾ ਕਰਨਾ ਆ, ਪਸ਼ੂ ਨੂੰ ਪਾਉਣੇ ਆ, ਧਾਰਾਂ ਕੱਢਣੀਆਂ ਆ, ਪਸ਼ੂਆਂ ਨੂੰ ਨਵਾਉਣਾ ਆ, ਇਹ ਤਾਂ ਆਮ ਸਾਡੇ ਲੋਕਾਂ ਦੇ ਜੀਵਨ ਦਾ ਇੱਕ ਹਿੱਸਾ ਆ। ਬਿਲਕੁਲ ਬਿਲਕੁਲ ਹੈ ਨਾ, ਇਹ ਦੱਸੋ ਵੀ ਇੱਥੇ ਸਿਖਲਾਈ ਦੀ ਕਿੱਥੇ ਲੋੜ ਆ ਸਰ? ਬਿਲਕੁਲ ਜੀ ਮਿੱਠਾ ਸਿੰਘ ਜੀ, ਸਿਖਲਾਈ ਹੈ ਕਿਉਂਕਿ ਜਿਹੜੇ ਪਹਿਲੇ ਆਪਣੇ ਪਸ਼ੂ ਸੀ ਜਾਂ ਮੱਝਾਂ ਸੀ ਚਾਹੇ ਦੇਸੀ ਗਾਵਾਂ ਸੀ, ਉਹ ਥੋੜ੍ਹਾ ਦੁੱਧ ਦਿੰਦੀਆਂ, 5-7 ਗੜਵੀਆਂ ਦੇ ਦਿੱਤੀਆਂ, 8 ਗੜਵੀਆਂ ਦੇ ਦਿੱਤੀਆਂ, ਅਤੇ ਜਿਹੜੀਆਂ ਦੇਸੀ ਗਾਵਾਂ ਸੀ ਉਹ ਵੀ 4-5 ਤੋਂ ਉੱਤੇ ਵੱਧ ਜਾਂਦੀ ਸੀ ਜੀ, ਅਤੇ ਉਹਨਾਂ ਕਹੀਂ ਉਹਨਾਂ ਨੂੰ ਪਾ ਦਿੰਦੇ ਸੀ, ਉਹਨਾਂ ਕੋਲ ਦੇ ਦਿੰਦੀਆਂ ਸੀ, ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਸੀ ਆਉਂਦੀ ਜੀ। ਹੁਣ ਸਾਰਾ ਕੁਛ ਬਦਲਾਅ ਹੋ ਗਿਆ, ਹਾਈ ਜੀਲਡ ਪਸ਼ੂ ਆ ਗਏ, ਜ਼ਿਆਦਾ ਦੁੱਧ ਦੇਣ ਵਾਲੀਆਂ ਗਾਵਾਂ ਆ ਗਈਆਂ, ਜ਼ਿਆਦਾ ਦੁੱਧ ਦੇਣ ਵਾਲੀਆਂ ਮੱਝਾਂ ਪੈਦਾ ਕਰ ਲਈਆਂ ਆਪਾਂ, ਗਾਂ ਨੇ 72 ਲੀਟਰ ਵੀ ਦੁੱਧ ਦਿੱਤਾ, ਬੋਲੇ ਬੋਲੇ ਬੋਲੇ, ਅਤੇ ਮੱਝਾਂ ਦੇ ਵਿੱਚ ਵੀ ਇੱਦਾਂ ਵਾ 27-28-22 ਵਾਲੀਆਂ ਆਮ ਲੋਕਾਂ ਕੋਲ ਆ, ਅਤੇ ਫਿਰ ਜਦੋਂ ਇੱਦਾਂ ਦੇ ਪਸ਼ੂਆਂ ਹਾਈ ਜੀਲਡ ਐਨੀਮਲ ਨੂੰ ਆਪਾਂ ਰੱਖਣਾ ਅਤੇ ਕਮਰਸ਼ੀਅਲ ਲੈਵਲ 'ਤੇ ਲੈ ਕੇ ਜਾਣਾ, ਦੁੱਧ ਤੋਂ ਫਾਇਦਾ ਕਮਾਉਣਾ, ਅਤੇ ਫਿਰ ਆਪਾਂ ਨੂੰ ਉਸ ਤਰ੍ਹਾਂ ਦਾ ਉਸ ਲੈਵਲ 'ਤੇ ਆਪਣੇ ਆਪ ਨੂੰ ਕਰਨਾ ਪਊਗਾ,
ਉਹਦੀ ਟ੍ਰੇਨਿੰਗ ਲੈਣੀ ਜ਼ਰੂਰੀ ਹੋ ਗਈ। ਮਤਲਬ ਇਹ ਆ ਵੀ ਸਾਨੂੰ ਇਹ ਭਰਮ ਆਪਣੇ ਅੰਦਰੋਂ ਕੱਢ ਦੇਣਾ ਚਾਹੀਦਾ ਵੀ ਸਾਨੂੰ ਸਭ ਕੁਝ ਆਉਂਦਾ। ਬਿਲਕੁਲ ਬਿਲਕੁਲ ਬਿਲਕੁਲ, ਜੇ ਦੇਖੋ ਤੁਸੀਂ ਵੀ ਕਿੰਨਾ ਫਰਕ ਪੈ ਗਿਆ। ਬਹੁਤ ਫਰਕ, ਅੱਗੇ ਫਟੀ ਬਸਤਾ ਲੈ ਕੇ ਸਕੂਲਾਂ 'ਚ ਜਾਂਦੇ ਸੀ ਅਸੀਂ, ਹੁਣ ਨਿਆਣੇ ਕੰਪਿਊਟਰ ਲਈ ਫਿਰਦੇ। ਬਿਲਕੁਲ ਜੀ ਬਿਲਕੁਲ, ਹੈ ਨਾ, ਇਹ ਚੀਜ਼ਾਂ ਬਦਲਦੀਆਂ ਆ ਤੁਹਾਡੇ ਕਹਿਣ ਦਾ ਇਹ ਮਤਲਬ। ਇਹ ਮਤਲਬ ਹੈ ਨਾ, ਚਲੋ ਗੱਲ ਇਹ ਆ ਕਿ ਇਹ ਤਾਂ ਤੁਸੀਂ ਦੱਸਤਾ ਵੀ ਸਿਖਲਾਈ ਦੀ ਸਾਨੂੰ ਲੋੜ ਕਿਉਂ ਆ, ਹੈ ਨਾ। ਹੁਣ ਮੈਨੂੰ ਇਹ ਦੱਸੋ ਵੀ ਜਿਵੇਂ ਅਸੀਂ ਪੜ੍ਹਾਈ ਕਰਨ ਜਾਂਦੇ ਸੀ ਸਾਡੇ ਤੇ ਹੁੰਦੇ ਸੀ ਕੀ ਆਉਂਦੇ ਹੁੰਦੇ, ਸਿਲੇਬਸ। ਸਿਲੇਬਸ ਵੀ ਇਹਦਾ ਵੀ ਕੋਈ ਸਿਲੇਬਸ ਹੈ ਜਿਹਦਾ ਗਿਆਨ ਤੁਸੀਂ ਦਿੰਦੇ ਹੋ? ਬਿਲਕੁਲ ਜੀ ਬਿਲਕੁਲ ਮਿੱਠਾ ਸਿੰਘ ਜੀ, ਇਹਦਾ ਅਸੀਂ ਬਕਾਇਦਾ ਜਿਹੜੀ 2 ਹਫ਼ਤੇ ਦੀ ਟ੍ਰੇਨਿੰਗ ਕਰਾਉਂਦੇ ਹਾਂ, 10 ਉਹਦੇ ਵਰਕਿੰਗ ਦਿਨ ਰੱਖੇ ਆਪਾਂ। ਅੱਛਾ ਜੀ। ਜੇ ਕਿਤੇ ਵਿੱਚ ਛੁੱਟੀ ਆ ਜਾਵੇ ਤਾਂ ਉਹਦੀ ਜਗ੍ਹਾ 'ਤੇ ਅਸੀਂ ਸ਼ਨੀਵਾਰ ਲਾਉਂਦੇ ਹਾਂ। ਅੱਛਾ। ਹਾਂਜੀ, ਉਹ ਸਿਲੇਬਸ ਹੀ ਆਪਾਂ ਇਸ ਹਿਸਾਬ ਨਾਲ ਬਣਾਇਆ ਵੀ ਬੇਸਿਕ ਤੋਂ ਲੈ ਕੇ ਐਂਡ ਤੱਕ, ਜਿੱਦਾਂ ਵੀ ਨਸਲਾਂ ਕਿਹੜੀਆਂ ਚੰਗੀਆਂ ਨੇ, ਪਸ਼ੂਆਂ ਦੇ ਹਰੇ ਚਾੜੇ ਚਾਰੇ ਕਿਹੜੇ ਚੰਗੇ ਆ, ਹਰੇ ਚਾਰੇ ਤੋਂ ਚਾਰ ਕਿਵੇਂ ਬਣਾਉਣਾ, ਉਸ ਉਹਨੂੰ ਸਾਈਲੇਜ ਨੂੰ ਸਾਂਭਣਾ ਕਿੱਦਾਂ ਵਾ, ਉਹਦੀ ਟੈਕਨੀਕ ਕੀ ਆ, ਕਿਹੜਾ ਪੱਠਾ ਕਦੋਂ ਪਾਉਣਾ ਚਾਹੀਦਾ, ਜੇ ਪਸ਼ੂ ਆ ਤਾਂ ਉਹ ਨਵੇਂ ਦੁੱਧ ਨਹੀਂ ਹੁੰਦਾ, ਠਹਿਰਦਾ ਨਹੀਂ ਆ, ਅਤੇ ਕਿੱਥੇ ਸਮੱਸਿਆ। ਫਿਰ ਉਹਦੇ ਵਿੱਚ ਮਿੱਠਾ ਸਿੰਘ ਜੀ ਆਪਾਂ ਹੋਰ ਵੀ ਸਿਖਾਉਂਦੇ ਹਾਂ ਕਿ ਜਦੋਂ ਕੋਈ ਨਵਾਂ ਕਟੜੂ ਵਛੜੂ ਆਉਂਦਾ ਹੈ ਉਹਦੇ ਵਿੱਚ ਕਿਸਾਨ ਜਿਹੜੇ ਆ ਉਹ ਵਹਿੰਦੇ ਰਹਿੰਦੇ ਵੀ ਗਾਂ ਮੱਝ ਨੇ ਜੇਰ ਨਹੀਂ ਪਾਈ, ਉਨੀ ਦੇਰ ਉਹਨੂੰ ਦੁੱਧ ਨਹੀਂ ਪਿਆਉਂਦੇ। ਉਹ ਫਿਰ ਜਦੋਂ ਦੁੱਧ ਨਹੀਂ ਪਿਆਉਂਦੇ ਅਤੇ ਉਹ 7-8 ਘੰਟੇ ਬਾਅਦ ਉਹਦਾ ਅੰਦਰ ਦਾ ਜਿਹੜਾ ਸਿਸਟਮ ਹੈ ਉਹ ਚੇਂਜ ਹੋ ਜਾਂਦਾ, ਇਸ ਕਰਕੇ ਜੇਰ ਪਵੇ ਚਾਹੇ ਨਾ ਪਵੇ ਉਹਨੂੰ ਘੰਟੇ ਦੇ ਵਿੱਚ ਡੇਢ ਦੇ ਵਿੱਚ ਦੁੱਧ ਪਿਲਾ ਦੇਣਾ। ਮਤਲਬ ਇਹ ਸਾਰੇ ਸਿਲੇਬਸ ਜਿਹੜਾ ਆ ਸਾਰਾ ਸਿਲੇਬਸ ਇਹ ਸਿਖਲਾਈ ਦਾ ਉਹਦੇ ਵਿੱਚ ਆਉਂਦਾ ਆ। ਆਉਂਦਾ ਜੀ। ਫਿਰ ਉਹ ਤੋਂ ਅੱਗੇ ਆ ਜਾਂਦਾ ਵੀ ਦੁੱਧ ਨੂੰ ਚੈੱਕ ਕਿਵੇਂ ਕਰਨਾ, ਅਡਲਟਰੇਸ਼ਨ। ਮੰਨ ਲਓ ਤੁਹਾਡੇ ਕੋਲ ਆਪਣਾ ਦੁੱਧ 50-60 ਲੀਟਰ ਆ ਜੀ, ਕੋਈ ਛੋਟਾ ਕਿਸਾਨ ਆ 10 ਲੀਟਰ ਕਹਿੰਦਾ ਮੇਰਾ ਵੀ ਲਈ ਆ, ਹੋ ਸਕਦਾ ਉਹ ਆਪਾਂ ਦੇ ਵਿੱਚ ਪਾਣੀ ਪਾ ਕੇ ਦੇ ਦੇ ਜਾਂ ਹੋਰ ਕੋਈ ਮਿਕਸਿੰਗ ਕਰਕੇ ਦੇ ਦੇ, ਉਹ ਦੁੱਧ ਬਾਹਰੋਂ ਲੈਣਾ ਉਹਦੀ ਚੈਕਿੰਗ ਕਿਵੇਂ ਕਰਨੀ ਆ, ਫਿਰ ਮਿਲਕ ਤੋਂ ਪ੍ਰੋਡਕਟ ਕਿੱਦਾਂ ਬਣਾਉਣੇ ਆ। ਅੱਛਾ। ਜੇ ਮੰਨ ਲਓ ਵੀ ਆਪਾਂ ਘਰ 'ਚ ਦਹੀਂ ਜਮਾਉਂਦੇ ਹਾਂ ਉਹ ਤਾਂ ਫਿਰ ਜਿੱਦਾਂ ਦਾ ਵੀ ਚੰਗਾ ਜੰਮ ਗਿਆ ਮਾੜਾ ਜੰਮ ਗਿਆ ਉਹ ਤਾਂ ਆਪਾਂ ਹੀ ਖਾਣਾ ਨਾ ਜੀ ਜੀ, ਅਤੇ ਜਦੋਂ ਆਪਾਂ ਚੀਜ਼ ਕਿਤੇ ਬਾਹਰ ਵੇਚਣੀ ਆ ਫਿਰ ਉਹਦੀ ਲੁੱਕ ਵੀ ਬਣਾਉਣੀ ਪਊਗੀ, ਉਹਦੀ ਦਿੱਖ ਵੀ ਬਣਾਉਣੀ ਪਊਗੀ, ਉਹ ਕਿੱਦਾਂ ਬਣਾਉਣੀ ਆ ਉਹ ਸਿਖਾਉਂਦੇ ਹਾਂ। ਫਿਰ ਪਨੀਰ ਕਿੱਦਾਂ ਬਣਾਉਣਾ ਆ, ਫਿਰ ਪਨੀਰ ਦਾ ਜਿਹੜਾ ਪਾਣੀ ਆ ਜਿਹੜਾ ਆਪਾਂ ਵੇਸਟ ਕਰ ਦਿੰਦੇ ਹਾਂ ਉਹਨੂੰ ਕਿੱਦਾਂ ਵਰਤੋਂ 'ਚ ਲਿਆਉਣਾ, ਕਿਹੜੇ ਕਿਹੜੇ ਪ੍ਰੋਡਕਟ ਬਣ ਸਕਦੇ ਉਹਦੇ 'ਤੇ, ਉਹ ਬੜਾ ਲੰਮਾ ਚੌੜਾ ਸਿਲੇਬਸ ਹੈ ਜੀ ਸਾਡਾ। ਅੱਛਾ, ਮਤਲਬ ਖੋਇਆ ਕਿਵੇਂ ਬਣਾਉਣਾ ਆ ਸਾਰਾ ਕੁਝ ਤੁਸੀਂ ਦੱਸਦੇ ਆ। ਬਿਲਕੁਲ ਜੀ ਬਿਲਕੁਲ। ਮਤਲਬ ਇਹ ਤੁਹਾਡੀ ਗੱਲ ਤੋਂ ਜਿਹੜੀ ਸਾਨੂੰ ਸਮਝ ਆਉਂਦੀ ਆ ਗੱਲ ਉਹ ਇਹ ਆ ਵੀ ਤੁਸੀਂ ਇਹ ਚਾਹੁੰਦੇ ਆ ਵੀ ਅਸੀਂ ਜਿਹੜਾ ਇਕੱਲਾ ਦੁੱਧ ਹੀ ਨਾ ਵੇਚੀਏ। ਬਿਲਕੁਲ, ਹੈ ਨਾ, ਦੁੱਧ ਤੋਂ ਕੋਈ ਪਦਾਰਥ ਬਣਾ ਕੇ ਵੇਚੀਏ ਕਿਸੇ ਵੀ ਤਰ੍ਹਾਂ ਦਾ ਤਾਂ ਕਿ ਸਾਡਾ ਮੁਨਾਫਾ ਵਧੇ ਅਤੇ ਉਹਦੀ ਸਿਖਲਾਈ ਜਿਹੜੀ ਆ ਤੁਸੀਂ ਦਿੰਦੇ ਆ ਅਤੇ ਸਿਖਲਾਈ ਦੀ ਇਹ ਮਹੱਤਤਾ ਆ ਜਾਂਦੀ ਹੈ। ਅੱਛਾ ਡਾਕਟਰ ਸਾਹਿਬ, ਪੰਜਾਬ ਤਾਂ ਹੁਣ ਸੂਬਾ ਬਹੁਤ ਵੱਡਾ ਆ, ਬਹੁਤ ਹੀ ਬਹੁਤ, ਹੈ ਨਾ, ਬੜੀ ਦੂਰ ਦੂਰ ਤੱਕ ਲੋਕ ਜਿਹੜੇ ਆ ਵੱਸਦੇ ਆ ਇਹ ਧੰਦਾ ਕਰਦੇ ਆ, ਅਤੇ ਤੁਹਾਡੇ ਜਿਹੜੇ ਸਿਖਲਾਈ ਕੇਂਦਰ ਨੇ ਇਹ ਕਿੱਥੇ ਕਿੱਥੇ ਆ? ਜੇ ਇੱਧਰੋਂ ਆਪਾਂ ਮਾਝੇ ਤੋਂ ਸ਼ੁਰੂ ਹੋ ਜਾਈਏ ਜੀ, ਮਾਝੇ ਦੇ ਵਿੱਚ 2 ਸਿਖਲਾਈ ਸੈਂਟਰ ਆ ਸਾਡੇ, ਇੱਕ ਤਾਂ ਵੇਰਕਾ ਅੰਮ੍ਰਿਤਸਰ ਦੇ ਵਿੱਚ ਆ ਜੀ, ਤਰਨ ਤਾਰਨ ਦੇ ਵਿੱਚ ਵੀ ਉੱਥੇ ਹੀ ਸਾਡਾ ਟ੍ਰੇਨਿੰਗ ਸੈਂਟਰ ਆ। ਵੇਰਕੇ ਤੇ ਚਾਹੀਦਾ ਜ਼ਰੂਰ। ਹਾਂਜੀ। ਫਿਰ ਜਿਹੜਾ ਇੱਧਰ ਦੁਆਬੇ 'ਚ ਆ ਜਾਈਏ ਅਤੇ 2 ਟ੍ਰੇਨਿੰਗ ਸੈਂਟਰ ਸਾਡੇ ਇੱਥੇ ਆ, ਇੱਕ ਤਾਂ ਫਗਵਾੜਾ ਹੈ ਜੀ ਕਪੂਰਥਲੇ ਜ਼ਿਲ੍ਹੇ ਦੇ ਵਿੱਚ, ਹਾਂਜੀ ਹਾਂਜੀ, ਇੱਕ 'ਚ ਤਾਂਵਲੀ ਆ ਰੂਪਨਗਰ ਜ਼ਿਲ੍ਹੇ ਦੇ ਵਿੱਚ। ਅੱਛਾ ਜੀ। ਫਿਰ ਮਿੱਠਾ ਸਿੰਘ ਜੀ ਜੇ ਮਾਲਵੇ 'ਚ ਚੱਲ ਜਾਈਏ ਅਤੇ ਲੁਧਿਆਣੇ ਦੇ ਵਿੱਚ ਬੀਜਾ ਆ ਜੀ, ਉਹਦੇ ਤੋਂ ਅੱਗੇ ਚੱਲ ਜਾਈਏ ਸੰਗਰੂਰ ਉੱਥੇ ਹੀ ਸਾਡਾ ਟ੍ਰੇਨਿੰਗ ਸੈਂਟਰ ਆ, ਇਹ ਤੋਂ ਅੱਗੇ ਸ੍ਰੀ ਮੁਕਤਸਰ ਸਾਹਿਬ ਚੱਲ ਜਾਈਏ ਅਤੇ ਅਬੁਲ ਖੁਰਾਣਾ ਉੱਥੇ ਸਾਡਾ ਟ੍ਰੇਨਿੰਗ ਸੈਂਟਰ ਆ ਜੀ, ਉਹ ਤੋਂ ਅੱਗੇ ਬਠਿੰਡੇ ਚੱਲ ਜਾਈਏ ਅਤੇ ਸਰਦੂਲਗੜ੍ਹ ਸਾਡਾ ਟ੍ਰੇਨਿੰਗ ਸੈਂਟਰ ਆ ਜੀ ਜੀ ਜੀ। ਇੱਦਾਂ ਮਿੱਠਾ ਸਿੰਘ ਜੀ, ਸਾਡੇ 9 ਟ੍ਰੇਨਿੰਗ ਸੈਂਟਰ ਆ ਪੰਜਾਬ ਦੇ ਵਿੱਚ ਜਿਹੜੇ ਕਿਸਾਨਾਂ ਲਈ ਟ੍ਰੇਨਿੰਗ ਲਈ ਸੇਵਾਵਾਂ ਦੇ ਰਹੇ ਆ, ਅਤੇ ਕੋਈ ਵੀ ਸੈਂਟਰ ਇੱਦਾਂ ਦਾ ਨਹੀਂ ਹੈਗਾ ਜਿਹੜਾ 35-40 ਕਿਲੋਮੀਟਰ ਤੋਂ ਦੂਰ ਆ, ਵੀ ਕਿਸਾਨ ਜਿਹੜਾ ਵਾ ਆਪਣਾ ਸਵੇਰੇ ਕੰਮ ਧੰਦਾ ਕਰਕੇ ਟ੍ਰੇਨਿੰਗ ਸੈਂਟਰ 'ਤੇ ਆਵੇ ਅਤੇ ਸ਼ਾਮ ਨੂੰ 2:30-3 ਵਜੇ ਅਸੀਂ ਛੁੱਟੀ ਕਰ ਦਿੰਦੇ ਹਾਂ ਅਤੇ ਆਪਣਾ ਕੰਮ ਫੇਰ ਕਰ ਸਕਦੇ। ਮਤਲਬ ਉੱਥੋਂ ਦੇ ਨੇੜੇ ਦੇ ਸਾਡੇ ਜਿਹੜੇ ਪਸ਼ੂ ਪਾਲਕ ਹੈ ਨੇ ਬਿਲਕੁਲ, ਜਾਂ ਜਿਹੜਾ ਨਵਾਂ ਕਿੱਤਾ ਕਰਨਾ ਚਾਹੁੰਦੇ ਨੇ ਉਹ ਉੱਥੇ ਜਿਹੜਾ ਆ ਉਹ ਸੰਪਰਕ ਪੈਦਾ ਕਰਕੇ ਇਹ ਸਾਰਾ ਕੁਝ ਜਾਣਕਾਰੀ ਲੈ ਸਕਦੇ ਆ ਅਤੇ ਨਾਲ ਸਿਖਲਾਈ ਵੀ ਲੈ ਸਕਦੇ। ਇਹਦੇ ਵਿੱਚ ਮਿੱਠਾ ਜੀ ਥੋੜ੍ਹਾ ਜਿਹਾ ਮੈਂ ਵਾਧਾ ਕਰਨਾ ਚਾਹੁੰਦਾ, ਕਿਉਂਕਿ ਹਰ ਜ਼ਿਲ੍ਹੇ ਦੇ ਵਿੱਚ ਸਾਡਾ ਡਿਪਟੀ ਡਾਇਰੈਕਟਰ ਦਾ ਦਫ਼ਤਰ ਹੈ। ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਕੋਈ ਵੀ ਟ੍ਰੇਨਿੰਗ ਲੈਣੀ ਆ ਅਤੇ ਨੇੜੇ ਆਪਣੇ ਜ਼ਿਲ੍ਹੇ ਦੇ ਵਿੱਚ ਉੱਥੇ ਐਪਲੀਕੇਸ਼ਨ ਦੇਣੀ ਆ। ਐਪਲੀਕੇਸ਼ਨ ਦੇਣ ਲਈ ਆਪਾਂ ਨੂੰ ਪੜ੍ਹਾਈ ਦਾ ਸਰਟੀਫਿਕੇਟ ਹੋਣਾ ਚਾਹੀਦਾ ਵਾ, ਆਧਾਰ ਕਾਰਡ ਅਤੇ ਫੋਟੋ ਤੁਸੀਂ ਉੱਥੇ ਕਰਾ ਦੇਣੀ ਆ, ਉਹ ਫਿਰ ਤੁਹਾਡੀ ਇੰਟਰਵਿਊ ਲੈ ਕੇ ਤੁਹਾਡੀ ਲਿਸਟ ਬਣਾ ਕੇ ਸਿਲੈਕਟ ਕਰਕੇ ਫਿਰ ਸਾਡੇ ਟ੍ਰੇਨਿੰਗ ਸੈਂਟਰਾਂ 'ਤੇ ਭੇਜ ਦੇ। ਅੱਛਾ, ਵੀ ਜੇ ਕਿਸੇ ਹੋਰ ਵੀ ਪਾਸਿਓਂ ਆ ਵੀ ਜਾਵੇ ਕੋਈ ਮਤਲਬ ਅਰਜੀ ਤੇ ਉਹ ਫਿਰ ਸੰਬੰਧਿਤ ਜਿਹੜਾ ਟ੍ਰੇਨਿੰਗ ਸੈਂਟਰ ਆ ਉੱਥੇ ਭੇਜ ਦਿੰਦੇ ਆ, ਉੱਥੇ ਭੇਜ ਦਿੰਦੇ ਤੇ ਤੁਸੀਂ ਮਤਲਬ ਕਿਸਾਨ ਨੂੰ ਜਿਹੜਾ ਉਹ ਦੱਸ ਦਿੰਦੇ ਆ ਵੀ ਤੂੰ ਇੱਥੇ ਜਾ, ਇੱਥੇ ਜਾ, ਹੈ ਨਾ, ਬਿਲਕੁਲ। ਅੱਛਾ ਡਾਕਟਰ ਸਾਹਿਬ, ਤੁਸੀਂ ਆ ਗੱਲ ਕੀਤੀ ਆ ਵੀ ਯੋਗਤਾ ਦਾ ਜਿਹੜਾ ਪ੍ਰਮਾਣ ਪੱਤਰ ਵਗੈਰਾ ਦੇਣਾ ਹੁੰਦਾ,
अज कल तो चलो पढ़ते हैं सारे है ना, साड़ी उम्र के जेडे बंदे हो कई तो कई बार स्कूल ही नहीं गए होंगे है ना। तो ये कोई उम्र की हद या योग्यता की हद भी रखी हुई है कि किसी भी उम्र के या किसी भी योग्यता के तुहाडे कोल आ सकदे? मिठा सिंह जी ये घट्टो घट्ट पंजवीं पास चाहिए। अच्छा उम्र जी 18 to 50 साल के बच्चे हो। अच्छा जी तो पिंड का रहने वाला हो। हाँ क्योंकि शहरों के जी तुम अज पहला गल की समस्या पशु जेडे इदा कर देंगे उदा कर देंगे क्योंकि आप कारपोरेशन के शहरों के उस हद के डेयरी फार्मिंग नहीं कर सकते नहीं कर सकते सही गल आप पिंड ही करनी है। इस करके जो पेंडू बंदा होना ये जरूरी है मतलब अपना वह जो घर का पता आ। हाँ जी किसी पिंड होना चाहिए बिल्कुल आधार कार्ड के आधार कार्ड नहीं भी नकली जहा बना आधार कार्ड मैं करना शहर च मैं किसी ते अर्गे मित्र कह मैं अपने घर का अड्रैस दे दौ नहीं आधार कार्ड से जो अड्रैस पिंड का होना कोई ना कोई प्रूफ पिंड का कोई जमीन की फर्द हो कोई उ खेती करता हो बहुते समय के मुताबिक कई घर जो न्याणी की खातर शहर च आ गए पर काम धंधा पिंड च ही है जी 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 उन्होंने भी अं कंसिडर कर लिया पर पिछला पिछोकड़ क्योंकि उन्हें डेयरी फार्मिंग उत्थे करनी है शहर च नहीं करनी। हाँ हाँ अच्छा डॉक्टर साहब स्कूलों च जाइदा कॉलेजों च पढ़ाई करते बच्चे साढ़े यूनिवर्सिटियां च करते बिल्कुल इन्नी फीस देंगे बड़ी फीस लेंगे नोटा का थब्बा देंगे बिल्कुल है ना। तो ये दसो भी ती जी आ ट्रेनिंग आ। हाँ जी यदि कोई फीस लेने बिल्कुल जी बिल्कुल फीस लेने कि फीस आ। मिठा सिंह जी जे तो जनरल कैटागरी के किसान भीर आ उन्होंने को अं 1000 रुपया लेने। अच्छा 2 हफ्तों का जेडे एससी कैटागरी के भीर ने उन्होंने तो 750 रुपया लेने 2 हफ्तों का। अच्छा जी फीस है रिवॉल्विंग फंड के तौर पर वरतते हैं जिदा कोई विशा मार सानू बाहरों बुलाना पैंदा जां जिहड़े आपां प्रैक्टिकल कराउने आ जां कुछ उहदे विच ही इन्हां दा सारा कुछ सारा कुछ आ जांदा मतलब ये सारी टोटल ट्रेनिंग आ जिहड़ी इन्ने पैसे इन्ने पैसे 2000 रुपया जिहड़ा उह जनरल कैटेगरी 1000 रुपये 1000 रुपया जनरल कैटेगरी लई 750 रुपये एससी कैटेगरी। अच्छा 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 इहदे च ही सारी ट्रेनिंग तुसीं दे जांदे ने फिर उस तों बाद असीं इक बकायदा सर्टिफिकेट दिंदे आ। अच्छा वो सर्टिफिकेट देने आधार से फिर अगे अगला जो सिस्टम कार्रवाई होंगी। अच्छा डॉक्टर साहब कई बार इदा भी होंगे तुम तो जिम्मे दसता पेल्ला जी अभी 2:30 बजे छुट्टी कर दें भी जाओ घर से सवेरे फिर आओ बिल्कुल तो जे कोई पशु पालक उसे ट्रेनिंग सेंटर च रहना चाहे बिल्कुल भी मैं ता सारा हिसाब किताब वेखना आ या होर पुछगिछ करनी आ बिल्कुल रेंज का प्रबंध भी है बिल्कुल लगभग मिठा सिंह जी साढ़े जिन्हें ट्रेनिंग सेंटर है उन्होंने सारे च ही होस्टल बने। अच्छा क्योंकि ट्रेनिंग सेंटर साढ़े काफ़ी देर दे उदों किसानों के कोल इन्ना आन जाण दे साधन नहीं सी हुंदे किसान बस ते आउंदा हुंदा ही कोई दूर दराडे उन्हें फिर शामी मुड़ना ना ते उस समय दे अहीं बनाए होस्टल अजे भी कोई रहना चाहे तो असीं रखते हैं साढ़े को सारा अरेंजमेंट हैगा बैड कंबल तलाइयां रहियां हर तरह की सहूलत साढ़े को प्रोवाइड है मतलब ये सहूलत जो लेना चाहिए असी तो तुसी दे दे दे। अच्छा डॉक्टर साहब तुसी आ क्या वाह भी एक फिर अपना ट्रेनिंग तो बाद सर्टिफिकेट देने बिल्कुल है ना वो सर्टिफिकेट जेड़ा आ वो सांभ के रखिए या उहदा कोई फायदा भी है तुहानू भी किथे किथे फायदा दिंदा आ मेरा मतलब ये भी कोई कर्जा लेना बिल्कुल बैंक तो है ना उहदे च सहाई हुंदा ते नाल ए आ भी केड़े केड़े काम वास्ते जिहड़ी सिखलाई ए करजे वास्ते या होर कामां वास्ते ये सर्टिफिकेट काम आ बिल्कुल बिल्कुल। मिठा सिंह जी हुण जिहड़ियां बैंकां भी आ जिन्हां करजा देना जे ते एक दो पशु रखना तो वह किसी वेले दे देंदे आ भी चल कोई नहीं एक दो रखे आ दूजा अगर किसी ने 5 लैने 10 लैने 20 लैने जी वो पहला बैंकां भी कहिंदियां भी तुसीं सर्टिफिकेट लैके आओ ट्रेनिंग लैके आओ। हाँ हाँ। क्योंकि बैंकां दी भी बड़ी जिम्मेवारी आ भी बंदे ने 10-15 लाख रुपया लैके मुड़ के इहदे कोल सिस्टम ना चलिया तो यह तो NPA हो जूगा ये तो बेचारे को किस्तां नहीं दित्तियां जाणियां फिर वो जो सर्टिफिकेट नाल ला के फिर असी केस उहदा प्रोजेक्ट बना के जिन्नी किसान को गरंटी आ तो वह बैंक वख वख बैंकां नेड़े दियां नूं केस स्पोंसर करदे आ जदों केस स्पोंसर करदे आ बैंकां फिर उहनूं एडवांसमेंट दे दिंदियां ने इंस्टालमेंट दे विच। अच्छा डॉक्टर साहब एक मैं वैसे थोड़ा हट के सवाल पूछना चाहना। हाँ जी भी असी आम तौर पर जिहड़े आ पशु खरीदन जांदे आ है ना पशु मेलियां चों खरीद लई मंडियां लगदियां तुहानूं बिल्कुल भारी भारी मंडी लगदी आ है ना असी कई बार नाल एक बंदा लै जाने बिल्कुल जिन्होंने पशुओं बारे जानकारी होंगी बिल्कुल है ना पर कई बार सानू असी पहली बार धंधा करना असी पहली बार पशु खरीदना
है ना, वो कोई खास गल्लां है, कोई खास नुक्ते है कि असीं किहड़ियां गल्लां ध्यान च रखिए जिहदी तुसीं उह सिखलाई भी देंदे होवो ते सानूं भी थोड़ा जिहा दस्सो। इह मिठा सिंह जी, साडी सिखलाई दे विच इहदे दो लैक्चर ने इस कम बारे जी, वी पशु जदों खरीदना ते उहदी नस्ल किवें चैक करनी, हाँ, दूजी गल जे नस्ल भी चैक कर ली आ, हो सकदा मंडियां दे विच उह दुध ਸਵੇਰੇ ਨਹੀਂ ਚੋਇਆ ਹੁੰਦਾ ਤੇ ਆਪਾਂ ਨੂੰ ਬੜਾ ਵੱਡਾ ਬਹਾਨਾ ਲੱਗਦਾ ਵਾ, ਉਹ ਵੀ ਟੈਕਨੀਕ ਉਹਨਾਂ ਨੂੰ ਸਿਖਾਈ ਦੀ ਆ ਵੀ ਬੇਸਿਕ ਕਿਹੜੀ ਚੀਜ਼ ਦਾ ਖਿਆਲ ਰੱਖਣਾ ਵਾ, ਜਿਸ ਤੋਂ ਇਹ ਪਤਾ ਲੱਗ ਜੇ ਵੀ ਇਹ ਪਸ਼ੂ ਦਾ ਇੰਨਾ ਦੁੱਧ ਹੋ ਸਕਦਾ, ਉਹ ਇਹ ਆਪਾਂ ਸਾਰਾ ਕੁਛ ਉਹਨਾਂ ਨੂੰ ਸਿਖਾਉਂਦੇ ਹਾਂ ਟ੍ਰੇਨਿੰਗ ਦੌਰਾਨ ਵੀ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ, ਕਿਉਂਕਿ ਜੇ ਪਸ਼ੂ ਮੰਡੀ 'ਚੋਂ ਵੀ ਲੈਣਾ ਤਾਂ ਉਹਦੀ ਦੋ ਵਾਰਾਂ ਚੁਆਈ ਜ਼ਰੂਰ ਕਰ ਲਓ ਤਾਂ ਆਪਾਂ ਨੂੰ ਪਤਾ ਲੱਗ ਜੇ, ਕਿਉਂਕਿ ਜੇ ਸਵੇਰੇ ਕੀਤੀ ਹੋਊਗੀ ਤਾਂ ਜੇ ਸ਼ਾਮੀ ਚੁਆਈ ਕਰ ਲਾਂਗੇ ਤਾਂ ਆਪਾਂ ਨੂੰ ਪਤਾ ਲੱਗ ਜੂਗਾ ਵੀ ਇੰਨਾ ਦੁੱਧ ਦੇ ਰਿਹਾ ਹੈ, ਉੱਥੋਂ ਪਤਾ ਲੱਗ ਜਾਂਦਾ, ਕਿਉਂਕਿ ਜਿੰਨੇ ਪਸ਼ੂ ਵੇਚਣਾ ਉਹਨੇ ਮਹਿੰਗਾ ਵੇਚਣ ਦੀ ਖਾਤਰ ਕਈ ਕੁਝ ਕਰਨਾ, ਕਈ ਕੁਝ ਕਰਨਾ। ਫਿਰ ਮਿੱਠਾ ਸਿੰਘ ਜੀ ਹੋਰ ਵੀ ਆ, ਕਿਸੇ ਵੇਲੇ ਪਸ਼ੂ ਨੂੰ ਸੂਏ ਨੂੰ ਤੇ 4 ਮਹੀਨੇ ਹੋ ਗਏ ਹੁੰਦੇ ਆ, ਤੇ ਉਹ ਵੇਚਣ ਵਾਲਾ ਕਹਿੰਦਾ ਅਜੇ ਮਹੀਨਾ ਹੀ ਹੋਇਆ, ਅੱਛਾ, ਉਹ ਵੀ ਆਪਾਂ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਆ ਵੀ ਉਹ ਚੀਜ਼ ਨੂੰ ਕਿਵੇਂ ਪਛਾਣਨਾ, ਵਾਹ ਵਾਹ, ਜਿੱਥੋਂ ਇਹ ਪਤਾ ਲੱਗ ਜੇ ਵੀ, ਕਿਉਂਕਿ ਅੱਜ ਕੱਲ੍ਹ ਜਿਹੜਾ ਵਪਾਰੀ ਆ ਬਹੁਤ ਤੇਜ਼ ਆ, ਕਟੜੂ ਬਛੜੂ ਤੇ ਹੋਰ ਦਾ ਲਾ ਦਿੰਦਾ, ਹਾਂ ਵੀ ਸਹੀ ਗੱਲ ਆ, ਜਿਹਨੇ ਲੈ ਕੇ ਦੇਣਾ ਉਹਨੇ ਪੈਸੇ ਉਧਰੋਂ ਵੀ ਲੈਣੇ ਆ ਤੇ ਉਹਨੇ ਇਧਰੋਂ ਵੀ ਲੈਣੇ ਆ, ਹੈ ਨਾ। ਅਸੀਂ ਕਿਸਾਨ ਨੂੰ ਟ੍ਰੇਨਿੰਗ ਦੌਰਾਨ ਹਰ ਤਰ੍ਹਾਂ ਨਾਲ ਅਵੇਅਰ ਕਰ ਦਈਦਾ, ਹਰ ਤਰ੍ਹਾਂ ਦੀ ਟ੍ਰੇਨਿੰਗ ਦੇ ਦਈਦੀ ਆ ਵੀ ਇਹ ਇਹਦੇ ਨਾਲ ਕਿਤੇ ਬਾਹਰ ਠੱਗੀ ਨਾ ਹੋ ਜਾਵੇ, ਹਾਂ, ਕੋਈ ਇਹ ਨਾ ਸਮਝੇ ਵੀ ਕਿਸਾਨ ਭੋਲਾ ਵਾ, ਉਹਨੂੰ ਪੂਰਾ ਤੇਜ਼ ਕਰ ਦਈਦਾ ਜੀ। ਵੈਸੇ ਗੱਲ ਉਹ ਹੀ ਆ ਜਾਂਦੀ ਆ ਤੇ ਕਿ ਵੈਸੇ ਤੇ ਅਸੀਂ ਜੇ ਚਾਹੀਏ ਤੇ ਜਵਾਕ ਘਰੇ ਵੀ ਪੜ੍ਹਾ ਸਕਦੇ ਹਾਂ, ਬਿਲਕੁਲ, ਹੈ ਨਾ, ਪਰ ਜੋ ਪੜ੍ਹਾਈ ਉਹਨਾਂ ਨੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਜਾ ਕੇ ਕਰ ਲੈਣੀ ਆ, ਬਿਲਕੁਲ, ਉਹ ਪੜ੍ਹਾਈਆਂ ਅਸੀਂ ਨਹੀਂ ਕਰਾ ਸਕਦੇ। ਇਸ ਕਰਕੇ ਸਾਨੂੰ ਇਹ ਜਾਣਨਾ ਬਹੁਤ ਜ਼ਰੂਰੀ ਆ ਬਈ, ਪਤਾ ਆ ਸਾਨੂੰ ਸਾਰਾ ਕੁਝ ਵੀ ਅਸੀਂ ਪਸ਼ੂ ਕਿਵੇਂ ਪਾਲਨੇ ਆ, ਪਰ ਤਕਨੀਕੀ ਤੌਰ ਤੇ ਅਸੀਂ ਕੀ ਕੀ ਕੰਮ ਕਰਨੇ ਆ, ਕਿਵੇਂ ਕਿਵੇਂ ਕਰਨੇ ਆ, ਇਹਦੇ ਵਾਸਤੇ ਜਿਹੜੀ ਆ ਤੁਹਾਡੀ ਸਿਖਲਾਈ ਬਹੁਤ ਜ਼ਰੂਰੀ ਆ। ਮਿੱਠਾ ਸਿੰਘ ਜੀ, ਹੁਣ ਸਾਡੇ ਟ੍ਰੇਨਿੰਗ ਸੈਂਟਰ ਤੇ ਕਈ ਕਿਸਾਨ ਵੀਰ ਆਉਂਦੇ, ਕਿਸੇ ਕੋਲ 30 ਪਸ਼ੂ ਆ ਜੀ, ਕਿਸੇ ਕੋਲ 40 ਪਸ਼ੂ ਆ, ਕਿਸੇ ਕੋਲ 25 ਪਸ਼ੂ ਆ, ਆਲਰੇਡੀ ਡੇਅਰੀ ਫਾਰਮਿੰਗ ਕਰਦੇ, ਉਹ ਜਦੋਂ ਸਾਡੇ ਤੋਂ ਆਉਂਦੇ ਆ ਤੇ ਪਹਿਲੇ ਦਿਨ ਉਹਨਾਂ ਦੇ ਮਨ 'ਚ ਇਹ ਹੁੰਦਾ ਵੀ ਇਹ ਸਾਨੂੰ ਕੀ ਸਿਖਾਉਣਗੇ, ਅੱਛਾ, ਜਦੋਂ ਐਂਡ ਵੇਲੇ ਹੁੰਦਾ ਉਦੋਂ ਕਹਿੰਦੇ ਯਾਰ ਅਸੀਂ ਤੇ ਭੁੱਲੇ ਹੀ ਰਹਿ ਗਏ, ਸਮਝ ਤੇ ਹੁਣ ਪਈ ਆ ਵੀ ਡੇਅਰੀ ਫਾਰਮਿੰਗ ਕਰਨੀ ਕਿੱਦਾਂ ਤੇ ਕਿਵੇਂ ਕਰਨੀ ਹੈ। ਬੇਸਿਕ ਮਿੱਠਾ ਸਿੰਘ ਜੀ ਆਪਾਂ ਇਹ ਸਿਖਾਉਂਦੇ ਆ ਵੀ ਘੱਟ ਖਰਚੇ ਤੇ ਵੱਧ ਦੁੱਧ ਕਿੱਦਾਂ ਲੈਣਾ, ਹਾਂ, ਤੇ ਕਮਰਸ਼ੀਅਲ ਕਿੱਦਾਂ ਕਰਨੀ ਆ, ਕਿਉਂਕਿ ਆਪਾਂ ਇਹਨੂੰ ਧੰਦੇ ਦੇ ਤੌਰ ਤੇ ਲੈਣਾ, ਜੀ 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 ਜੀ, ਘੱਟ ਖਰਚੇ ਤੇ ਵੱਧ ਦੁੱਧ ਜਦੋਂ ਲਵਾਂਗੇ ਪੈਦਾਵਾਰ ਕਿਵੇਂ ਲੈਣੀ ਤੇ ਕਿੱਦਾਂ ਇਹਦੀ ਰੱਖਣੀ ਹੈ। ਗੱਲਾਂ ਛੋਟੀਆਂ ਛੋਟੀਆਂ ਹੁੰਦੀਆਂ ਵੀ ਪਸ਼ੂਆਂ ਨੂੰ ਖੁੱਲੇ ਜੇ ਛੱਡ ਦਈਏ ਤੇ ਤਦ 1.5-2 ਲੀਟਰ ਦੁੱਧ ਵੱਧ ਜੂਗਾ, ਪਾਣੀ ਉਹਦੇ ਲਾਗੇ ਹਰ ਸਮੇਂ ਰੱਖ ਦਈਏ ਤਦ ਦੁੱਧ ਵੱਧ ਜੂਗਾ, ਤੇ ਕਿਸਾਨ ਜਦੋਂ ਬੰਨ ਕੇ ਰੱਖਦੇ ਨੇ ਉਹਨੂੰ, ਹੁਣ ਸਰਦੀਆਂ ਸੀ ਤੇ 2 ਵਾਰਾਂ ਹੀ ਪਾਣੀ ਪਿਆਉਂਦੇ ਆ, ਹੁਣ ਵੇਖੋ ਪਸ਼ੂ ਨੇ ਆਪਣਾ ਸਰੀਰ ਵੀ ਚਲਾਉਣਾ ਵਾ, ਦੁੱਧ 'ਚ ਵੀ 80-85% ਤੋਂ ਪਾਣੀ ਹੁੰਦਾ ਵਾ ਜੀ ਜੀ, ਤੇ ਉਹਦੇ ਵਿੱਚ ਜਿਹੜਾ ਫਿਰ ਉਹ ਪਾਣੀ ਪੂਰਾ ਨਹੀਂ ਹੁੰਦਾ, ਜਦੋਂ ਪਾਣੀ ਨਹੀਂ ਪੂਰਾ ਹੋਊਗਾ ਤੇ ਦੁੱਧ ਕਿੱਥੋਂ ਪੂਰਾ ਹੋ ਜਾਊਗਾ, ਕਿਉਂਕਿ ਪਾਣੀ ਵੀ ਮਿੱਠਾ ਸਿੰਘ ਜੀ ਇੱਕ ਖੁਰਾਕ ਆ। ਅੱਛਾ, ਇਹ ਹੋਰ ਗੱਲ ਆ ਵੀ ਇਹ ਹੁਣ ਅਸੀਂ ਸਿਖਲਾਈ ਲੈਣ ਜਾਵਾਂਗੇ ਤੁਹਾਡੇ ਤੋਂ ਸਾਰਾ ਕੁਝ ਸਿੱਖਾਂਗੇ, ਪਰ ਅੱਜ ਤੁਸੀਂ ਆਏ ਹੋ ਸਾਨੂੰ ਲਾਹਾ ਲੈ ਲੈਣਾ ਚਾਹੀਦਾ, ਲੈਣਾ ਚਾਹੀਦਾ ਤੁਸੀਂ ਤਾਂ ਸਾਡੇ ਕੋਲ ਆਏ ਹੋ, ਹੈ ਨਾ, ਕੋਈ ਨੁਕਤੇ, ਕੋਈ ਖਾਸ ਨੁਕਤੇ ਜਿਹੜੇ ਤੁਸੀਂ ਸਿਖਲਾਈ ਕੇਂਦਰਾਂ 'ਤੇ ਵੀ ਦੱਸਦੇ ਹੋ ਜਾਂ ਇੱਥੇ ਹੁਣ ਸਾਨੂੰ ਦੱਸੋ ਪਸ਼ੂ ਪਾਲਕਾਂ ਲਈ ਵੀ ਅਸੀਂ ਪਸ਼ੂ ਪਾਲਕ ਦਾ ਧੰਦਾ ਜਿਹੜਾ ਆ ਇਹ ਵੀ ਸ਼ੁਰੂ ਕਰ ਸਕੀਏ, ਇਹਨੂੰ ਵਧਾਈਏ, ਇਹ ਤੋਂ ਮੁਨਾਫਾ ਵੱਧ ਲਈ। ਮਿੱਠਾ ਸਿੰਘ ਜੀ, ਪਹਿਲੀ ਆ ਤਾਂ ਜਿਹੜਾ ਪਸ਼ੂ ਆ ਉਹ ਚੰਗੀ ਨਸਲ ਦਾ ਹੋਣਾ ਚਾਹੀਦਾ, ਹਾਂ, ਚੰਗੀ ਨਸਲ ਜੇ ਜੋ ਹੈਗਾ ਵਾ, ਚਲੋ ਆਪਣੇ ਕੋਲ ਨਹੀਂ ਇੰਨੇ ਸੋਰਸ ਹੈਗੇ ਵੀ ਪਸ਼ੂ ਬਦਲ ਲਈਏ, ਕਮ ਸੇ ਕਮ ਜਿਹੜਾ ਕਟੜੂ ਵਛੜੂ ਗਾਂ ਕੱਟੀ ਵੱਛੀ ਲੈਣੀ ਆ ਉਹ ਤਾਂ ਨਸਲ ਦੀ ਪੈਦਾ ਕਰ ਲਈਏ ਜੀ ਜੀ ਜੀ, ਜਦੋਂ ਉਹ ਆਪਾਂ ਨਸਲ ਦੀ ਪੈਦਾ ਕਰਨੀ ਸ਼ੁਰੂ ਕਰਤੀ ਤੇ ਆਪੇ ਸਾਡਾ ਜਿਹੜਾ ਡੇਅਰੀ ਫਾਰਮਿੰਗ ਆ, ਕਿਉਂਕਿ ਜੇ ਵੱਛੀ ਚੰਗੀ ਨਸਲ ਦੀ ਪੈਦਾ ਕਰ ਲਈ, ਕਿਉਂਕਿ ਅੱਧੇ ਗੁਣ ਮਾਲ ਆਉਣੇ ਅੱਧੇ ਬਾਪ ਲਾਉਣੇ ਆ, ਕਿਉਂਕਿ ਉਹ ਕੁਦਰਤ ਦਾ ਨਿਯਮ ਆ, ਤੇ ਜੇ ਉਹਨੂੰ ਆਪਾਂ ਚੰਗੀ ਨਸਲ ਦਾ ਟੀਕਾ ਲਵਾ ਕੇ ਚੰਗੀ ਕੱਟੀ ਵੱਛੀ ਪੈਦਾ ਕਰ ਲਾਂਗੇ, ਜੇ ਵੱਛੀ ਪੈਦਾ ਹੋ ਗਈ ਤੇ ਉਹਨੇ 2.5-3 ਸਾਲਾਂ 'ਚ ਸੂਆ ਦੇ ਦੇਣਾ ਜੀ ਜੀ, ਜੇ ਕੱਟੀ ਹੋ ਗਈ ਤੇ 2.5-3 ਸਾਲਾਂ 'ਚ ਸੂਆ ਦੇ ਦੇਊਗੀ, ਤੇ ਆਪੇ ਆਪਣੀ ਜਿਹੜੀ ਅਗਲੀ ਨਸਲ ਹੋਰ ਜ਼ਿਆਦਾ ਵਧੀਆ ਹੋ ਜੂਗੀ, ਅਤੇ ਆਪਾਂ ਇੱਦਾਂ ਕਰ ਕਰਕੇ ਆਪਣੀ ਨਸਲ ਸੁਧਰ ਜਾਂਦੀ ਆ। ਫਿਰ ਉਹਦੇ ਵਿੱਚ ਮਿੱਠਾ ਸਿੰਘ ਜੀ ਇਹ ਆ ਵੀ ਆਪਾਂ ਇਕੱਲਾ ਦੁੱਧ ਤੋਂ ਹੀ ਕਿਉਂ ਫਾਇਦਾ ਲੈਣਾ, ਆਪਾਂ ਚੰਗੀ ਨਸਲ ਵੇਚ ਕੇ ਹੀ ਫਾਇਦਾ ਲੈ ਸਕਦੇ। ਹੁਣ ਚੰਗੇ ਜਿਹੜੀ ਡੇਅਰੀ ਫਾਰਮਰ ਆ ਜਿਹਨਾਂ ਨਾਲ ਟ੍ਰੇਨਿੰਗ ਲੈ ਕੇ ਆਪਣਾ ਧੰਦਾ ਕੀਤਾ, ਉਹ ਮਿੱਠਾ ਸਿੰਘ ਜੀ 10-10-20-20 ਪਸ਼ੂ ਸਾਲ ਦੇ ਵੇਚਦੇ ਵੀ ਆ, ਉਹਨਾਂ ਦੇ ਪਸ਼ੂਆਂ ਦੀ ਡਿਮਾਂਡ ਵੀ ਆ, ਉਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਲਾਗੇ ਚਾਗੇ ਜਾਂ ਹੋਰ ਕਿਤੇ ਵੀ ਇਹਦੇ ਕੋਲ ਚੰਗੀ ਨਸਲ ਦਾ ਹੀ ਪਸ਼ੂ ਆ, ਜਦੋਂ ਚੰਗੀ ਨਸਲ ਦੀ ਗਾਂ ਮੱਝ ਵੇਚੂਗਾ ਤੇ ਲੋਕਾਂ ਨੇ ਉਹਦੇ ਕੋਲ ਲੈਣੀ ਆ, ਨਾ ਬਣ ਜਾਂਦਾ ਨਾ ਬਣ ਜਾਂਦਾ ਨਾ ਬਣ ਜਾਂਦਾ ਤੁਹਾਡੀ ਗੱਲ ਸੀ। ਅੱਛਾ ਡਾਕਟਰ ਸਾਹਿਬ, ਇੱਕ ਗੱਲ ਹੋਰ ਆ,
ਬਈ ਜਿਵੇਂ ਤੁਸੀਂ ਦੱਸਿਆ ਵੀ ਨਸਲ ਜਿਹੜੀ ਆ ਇਹ ਹੁਣ ਨਸਲ ਸੁਧਾਰ ਦਾ ਕੰਮ ਵੀ ਆ ਰਿਹਾ ਹੈ ਨਾ, ਨਸਲ 'ਚ ਸੁਧਾਰ ਹੋ ਰਿਹਾ ਜੀ ਹੋ ਰਿਹਾ। ਅਰੇ ਇੱਕ ਗੱਲ ਨਾ, ਕਈ ਵਾਰੀ ਸਾਡੀ ਪਸ਼ੂ ਪੀਲਕ ਪਰ ਇੱਕ ਗੱਲ ਆ ਵੀ ਕਈ ਵਾਰੀ ਨਾ ਪਸ਼ੂ ਪਾਲਕਾਂ ਦੇ ਮਨ ਦੇ ਵਿੱਚ ਇੱਕ ਗੱਲ ਆ ਜਾਂਦੀ ਆ ਬਈ ਜਦੋਂ ਅਸੀਂ ਪਸ਼ੂਆਂ ਦਾ ਮਿਲਾਨ ਕਰਾਉਣਾ ਹੈ ਨਾ, ਨਵੇਂ ਦੁੱਧ ਹੋਏ ਆ ਤੇ ਇਹ ਕੁਦਰਤੀ ਤਰੀਕਾ ਇੱਕ ਆ ਹੈ ਨਾ, ਪਰ ਹੁਣ ਜ਼ਿਆਦਾ ਜ਼ੋਰ ਦੇ ਰਹੇ ਆ ਸਾਡੇ ਮਾਹਰ ਟੀਕੇ ਤੇ, ਟੀਕੇ ਤੇ ਪਰ ਵਹਿਮ ਆ ਜਾਂਦਾ ਇੱਕ, ਹਾਂਜੀ ਹਾਂਜੀ ਇੱਕ ਵਹਿਮ ਆ ਜਾਂਦਾ ਬਈ ਟੀਕੇ ਨਾਲ ਪਤਾ ਨਹੀਂ ਅੱਗੋਂ ਨਸਲ ਚੰਗੀ ਹੋਵੇ ਕਿ ਨਾ ਹੋਵੇ, ਇਹ ਵਹਿਮ ਕੱਢ ਸਕਦੇ ਹੋ ਸਾਡਾ? ਬਿਲਕੁਲ ਜੀ ਬਿਲਕੁਲ, ਕਿਉਂਕਿ ਇਹ ਤਾਂ ਸਿਰਫ ਆਪਣੇ ਮਨ ਦਾ ਹੀ, ਹੁਣ ਤਾਂ ਲਗਭਗ ਮਿੱਠਾ ਸਿੰਘ ਜੀ 90% ਤੋਂ ਵੀ ਜ਼ਿਆਦਾ ਲੋਕ ਆਰਟੀਫਿਸ਼ੀਅਲ ਇਨਸੈਮੀਨੇਸ਼ਨ ਟੀਕਾਕਰਨ ਹੀ ਕਰਾ ਰਹੇ ਜੀ ਜੀ ਜੀ, ਕਿਉਂਕਿ ਟੀਕੇ ਇੱਕ ਸੁਧਰੀ ਨਸਲ ਦੇ ਆ, ਉਹਦੇ ਵਿੱਚ ਜਿਹੜੀ ਕੋਈ ਨਸਲ ਦਾ ਟੀਕਾ ਤਿਆਰ ਕੀਤਾ ਜਾਂਦਾ ਉਹ 'ਤੇ ਬੜਾ ਸਮਾਂ ਲੱਗਦਾ, ਉਹ ਉੱਦਾਂ ਦਾ ਸਾਣ ਜਾਂ ਝੋਟਾ ਤਿਆਰ ਕੀਤਾ ਜਾਂਦਾ ਜਿਹਦੇ ਵਿੱਚ ਕੋਈ ਬਿਮਾਰੀਆਂ ਨਾ ਹੋਣ ਉਹਦੇ, ਜਾਂ ਜਿਹੜੇ ਬੱਚੇ ਨੇ ਉਹਨਾਂ ਦਾ ਵਧੀਆ ਦੁੱਧ ਆਵੇ, ਉਹਦੇ ਥਣ ਠੀਕ ਹੋਣ, ਉਹਦੇ ਸਿੰਘ ਕੁੰਡੇ ਹੋਣ, ਉਹ ਬੜਾ ਲੰਮੇ ਸਮੇਂ ਨਾਲ ਉਹਦੀ ਸੁਧਾਰ ਕਰਕੇ ਅਤੇ ਫਿਰ ਜਿਹੜੇ ਟੀਕੇ ਨੇ ਸਾਡੇ ਸਰਕਾਰੀ ਹਸਪਤਾਲਾਂ 'ਚ ਆਉਂਦੇ ਆ, ਕਿਉਂਕਿ ਪਿੱਛੇ ਇੱਕ ਬੜਾ ਤਗੜਾ ਸਿਸਟਮ ਕੰਮ ਕਰ ਰਿਹਾ ਜਿਹੜਾ ਰਿਸਰਚ ਦਾ ਅਤੇ ਬਰੀਡਿੰਗ ਦਾ ਕਰ ਰਿਹਾ, ਜਦੋਂ ਉੱਥੋਂ ਯੂਨੀਵਰਸਿਟੀਆਂ ਤੋਂ ਸਾਰਾ ਕੰਮ ਹੋ ਕੇ ਹੁੰਦਾ ਤਦ ਉਹ ਟੀਕਾ ਜਿਹੜਾ ਵਾ ਹਸਪਿਟਲਾਂ 'ਚ ਅਤੇ ਕਿਸਾਨੀ ਲੈਵਲ 'ਤੇ ਪਹੁੰਚਦਾ ਪਹੁੰਚਦਾ ਆ। ਹਾਂਜੀ ਹਾਂਜੀ, ਇਹ ਕਰਕੇ ਛੋਟੀ ਚੀਜ਼ ਨਹੀਂ ਹੈਗੀ ਹੈ, ਸਾਨੂੰ ਡਰਨਾ ਨਹੀਂ ਚਾਹੀਦਾ, ਡਰਨਾ ਨਹੀਂ ਚਾਹੀਦਾ, ਬਿਲਕੁਲ ਨਹੀਂ ਡਰਨਾ, ਇਹ ਮੱਝ ਚੋਣ ਵਾਲਾ ਟੀਕਾ ਨਹੀਂ ਗਾ। ਹਾਂਜੀ ਹਾਂਜੀ, ਫਿਰ ਉਹਦੇ ਵਿੱਚ ਮਿੱਠਾ ਸਿੰਘ ਜੀ ਥੋੜ੍ਹਾ ਜਿਹਾ ਕਿਸਾਨ ਜਿਹੜੇ ਨਹੀਂ ਧਿਆਨ ਦਿੰਦੇ ਉਹਦੇ ਵਿੱਚ ਇਹ ਹੁੰਦਾ ਵੀ ਇਨ ਬਰੀਡਿੰਗ ਹੋ ਜਾਂਦੀ ਆ, ਜਿੱਦਾਂ ਮਾਂ ਨੂੰ ਵੀ ਉਸੇ ਸਾਂਝ ਝੋਟੇ ਦਾ ਟੀਕਾ ਲਾ ਲਿਆ ਅਤੇ ਮੁੜ ਕੇ ਜਿਹੜੀ ਉਹਦੀ ਕੱਟੀ ਵੱਛੀ ਹੋਈ ਉਹਨੂੰ ਵੀ ਉਸੇ ਦਾ ਲਵਾ ਲਿਆ, ਫਿਰ ਇਨ ਬਰੀਡਿੰਗ ਹੋ ਜਾਂਦੀ ਆ। ਜਦੋਂ ਇਨ ਬਰੀਡਿੰਗ ਕਰਾਂਗੇ ਤੇ ਉਹਦੇ ਵਿੱਚ ਫਿਰ ਜਿਹੜੀਆਂ ਅੱਗੇ ਆ ਬਿਮਾਰੀਆਂ ਦੇ ਚਾਂਸ ਵੱਧ ਜਾਂਦੇ ਆ। ਹਾਂਜੀ ਇਹ ਇਸ ਕਰਕੇ ਸਾਨੂੰ ਵੀ ਇਹ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ, ਬਿਲਕੁਲ ਸਾਨੂੰ ਇਹ ਕੰਮ ਜਿਹੜੇ ਆ ਕਰ ਲੈਣੇ ਚਾਹੀਦੇ। ਕੋਈ ਹੋਰ ਕੋਈ ਸਾਡੇ ਪਸ਼ੂ ਪਾਲਕਾਂ ਨੂੰ ਇਹ ਥੋੜ੍ਹੇ ਲਫ਼ਜ਼ਾਂ 'ਚ ਕੋਈ ਸੁਨੇਹਾ ਦੇਣਾ ਚਾਹੋਗੇ? ਬਿਲਕੁਲ ਜੀ, ਇਹੀ ਆ ਕਿ ਆਪਣੇ ਜਿਹੜੇ ਕੰਮ ਆ ਧੰਦਾ ਜਿਹੜਾ ਵਾ ਇਹਨੂੰ ਵਧਾਈਏ, ਟ੍ਰੇਨਿੰਗ ਲਈਏ, ਸਾਡੇ ਕੋਲ ਹਰ ਤਰ੍ਹਾਂ ਦਾ ਲਿਟਰੇਚਰ ਆ, ਹਰ ਤਰ੍ਹਾਂ ਦਾ ਟੈਕਨੀਕਲ ਗਾਈਡੈਂਸ ਆ, ਕੋਈ ਸ਼ੈੱਡ ਬਣਾਉਣਾ ਕੁਛ ਬਣਾਉਣਾ ਤੁਸੀਂ ਸਾਡੇ ਡਿਪਟੀ ਡਾਇਰੈਕਟਰ ਸਾਹਿਬਾਨ ਨੂੰ ਹਲਕੇ ਦੇ ਇੰਸਪੈਕਟਰ ਨੂੰ ਜਾਂ ਟ੍ਰੇਨਿੰਗਾਂ ਸਾਈਟਾਂ 'ਤੇ ਤੁਸੀਂ ਜ਼ਰੂਰ ਆਓ ਅਤੇ ਆਪਣਾ ਗਿਆਨ ਲਓ ਅਤੇ ਵਧੀਆ ਆਪਾਂ ਕੰਮ 'ਚ ਲਾਈਏ, ਪੰਜਾਬ ਨੂੰ ਅੱਗੇ ਲੈ ਕੇ ਜਾਈਏ। ਦੁੱਧ ਦੇ ਵਿੱਚ ਕੋਈ ਤਰ੍ਹਾਂ ਦੀ ਪ੍ਰੋਬਲਮ ਨਹੀਂ, ਦੁੱਧ ਇੱਕ ਇੱਦਾਂ ਦੀ ਚੀਜ਼ ਆ ਜਿਹੜੀ ਜਨਮ ਤੋਂ ਲੈ ਕੇ ਮਰਨ ਤੱਕ ਰਹਿਣੀ ਆ, ਇਹਦੇ ਵਿੱਚ ਬੜਾ ਵੱਡਾ ਸਕੋਪ ਆ, ਜਿੰਨਾ ਮਰਜ਼ੀ ਦੁੱਧ ਪੈਦਾ ਕਰ ਲਈਏ ਮਿੱਠਾ ਸਿੰਘ ਜੀ ਸਾਂਭਣ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ। ਬੜੇ ਵੱਡੇ ਸਾਡੇ ਕੋਲ ਮਿਲਕ ਪਲਾਂਟ ਆ, ਸ਼ਹਿਰਾਂ ਦੇ ਵਿੱਚ ਬੜੀ ਪਾਪੂਲੇਸ਼ਨ ਵਧਣ ਡਈ ਆ, ਦੁੱਧ ਦੀ ਸਦਾ ਡਿਮਾਂਡ ਰਹਿਣੀ ਹੈ। ਸੋ ਕਿਸਾਨ ਵੀਰੋ ਅਤੇ ਭੈਣੋ, ਤੁਸੀਂ ਸੁਣੀਆਂ ਸਾਰੀਆਂ ਗੱਲਾਂ ਡਾਕਟਰ ਬਰਿਆਮ ਸਿੰਘ ਜੀ ਦੀਆਂ, ਬਈ ਇਹ ਜਿਹੜੀ ਪਸ਼ੂ ਪਾਲਕਾਂ ਲਈ ਡੇਅਰੀ ਦੀ ਸਿਖਲਾਈ ਆ ਇਹ ਬਹੁਤ ਲਾਜ਼ਮੀ ਹੈ, ਇਹਦੇ 'ਚ ਬਹੁਤ ਛੋਟੇ ਛੋਟੇ ਨੁਕਤੇ ਆ ਜਿਨ੍ਹਾਂ ਵੱਲ ਅਸੀਂ ਧਿਆਨ ਦੇਣਾ, ਔਰ ਉਹ ਧਿਆਨ ਦੇ ਕੇ ਅਸੀਂ ਆਪਣਾ ਮੁਨਾਫਾ ਵਧਾ ਸਕਦੇ ਹਾਂ, ਉਤਪਾਦਨ ਵਧਾ ਸਕਦੇ ਹਾਂ, ਚੰਗੀ ਨਸਲਾਂ ਜਿਹੜੀ ਆ ਉਹ ਪਸ਼ੂਆਂ ਦੀਆਂ ਉਹਦਿਆਂ ਦੀ ਖਰੀਦਦਾਰੀ ਕਰ ਸਕਦੇ ਹਾਂ, ਚੰਗੀ ਨਸਲ ਦਾ ਅਸੀਂ ਪਸ਼ੂ ਵੇਚ ਕੇ ਹੋਰ ਵਧੀਆ ਪਸ਼ੂ ਖਰੀਦ ਸਕਦੇ ਹਾਂ। ਇਹ ਸਾਰੀਆਂ ਗੱਲਾਂ ਜਿਹੜੀਆਂ ਆ ਇਹ ਜਾ ਕੇ ਇਹਨਾਂ ਦੀ ਸਿਖਲਾਈ ਕੇਂਦਰ ਦੇ ਵਿੱਚ ਹੀ ਜਿਹੜਾ ਤਫਸੀਲ ਦੇ ਨਾਲ ਸਾਨੂੰ ਪਤਾ ਲੱਗਣਗੀਆਂ। ਜੇ ਤੁਸੀਂ ਕੋਈ ਹੋਰ ਸਾਨੂੰ ਪੁੱਛਣਾ ਚਾਹੁੰਦੇ ਹੋ, ਕੋਈ ਵੀ ਚੀਜ਼ ਦੀ ਜਾਣਕਾਰੀ ਲੈਣੀ ਚਾਹੁੰਦੇ ਹੋ ਜਾਂ ਦੇਣੀ ਚਾਹੁੰਦੇ ਹੋ, ਸਾਨੂੰ ਖੱਤ ਲਿਖ ਸਕਦੇ ਹਾਂ, ਸਾਨੂੰ ਈਮੇਲ ਕਰ ਸਕਦੇ ਹਾਂ। ਖੱਤ ਲਿਖਣ ਲਈ ਪਤਾ ਨੋਟ ਕਰ ਲਓ, ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ, DD ਪੰਜਾਬੀ, ਦੂਰਦਰਸ਼ਨ ਕੇਂਦਰ, ਭਗਵਾਨ ਮਹਾਵੀਰ ਮਾਰਗ, ਪਿੰਨ ਕੋਡ 144001, ਅਤੇ ਸਾਡਾ ਈਮੇਲ ਐਡਰੈਸ ਹੈ DDPunjabi@gmail.com। ਅਤੇ ਕਿਸਾਨ ਵੀਰੋ, ਹੱਸਦੇ ਰਹੋ, ਵੱਸਦੇ ਰਹੋ, ਕੰਮ ਕਰੋ, ਮਿਹਨਤ ਕਰੋ। ਜਿਨ੍ਹਾਂ ਨੇ ਅਤੇ ਵੈਕਸੀਨ ਦੀਆਂ ਦੋਵੇਂ ਡੋਜ਼ ਲਵਾ ਲਈਆਂ ਨੇ ਉਹ ਬਹੁਤ ਵਧੀਆ ਗੱਲ ਆ, ਨਹੀਂ ਤਾਂ ਇਹਨਾਂ ਨੂੰ ਲਵਾਓ, ਅਤੇ 2 ਡੋਜ਼ ਤੋਂ 90 ਦਿਨ ਜਿਨ੍ਹਾਂ ਦੇ ਪੂਰੇ ਹੋ ਗਏ ਆ ਉਹ ਬੂਸਟਰ ਡੋਜ਼ ਜਿਹੜੀ ਆ ਉਹਨੂੰ ਜ਼ਰੂਰ ਲਵਾਓ। ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ। ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ, ਬਹੁਤ 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 ਸ਼ੁਕਰੀਆ ਅਤੇ ਜੈ ਹਿੰਦ ਜੀ।